ਸਤਿ ਸ਼੍ਰੀ ਅਕਾਲ ਐਜੂਕੇਸ਼ਨ ਵਰਲਡ ਈਡਬਲਯੂ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਜਿਵੇਂ ਕਿ ਕੱਲ ਅਸੀਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਕਿ ਪੰਜਾਬ ਟੈਟ ਜਿਹੜਾ ਕਿ ਪ੍ਰੀਖਿਆ 24 ਦਸੰਬਰ 2021 ਨੂੰ ਹੋਈ ਸੀ ਉਹਦੇ ਵਿੱਚ ਕਿਹੜੇ-ਕਿਹੜੇ ਆਬਜੈਕਸ਼ਨੇਬਲ ਕੁਐਸਚਨਸ ਨੇ। ਪੇਪਰ 1 ਵੀ ਡਿਸਕਸ ਕੀਤਾ ਸੀ, ਪੇਪਰ 2 ਵੀ ਡਿਸਕਸ ਕੀਤਾ ਸੀ, ਤੇ ਹੁਣ ਇੱਕ ਵਾਰ ਅਸੀਂ ਤੁਹਾਨੂੰ ਫੇਰ ਦੱਸਣ ਜਾ ਰਹੇ ਹਾਂ ਕਿ ਜਿਹੜਾ ਪੇਪਰ 1 ਹੈ ਜਿਹੜਾ ਕਿ ਸਵੇਰ ਦੀ ਸ਼ਿਫਟ ਦੇ ਵਿੱਚ ਹੋਇਆ ਸੀ, ਈਡੀਟੀ ਵਾਲੇ ਕੈਂਡੀਡੇਟਸ ਨੇ ਪੇਪਰ ਦਿੱਤਾ ਸੀ, ਤੇ ਇੱਕ ਕੁਐਸਚਨ ਦੋ ਕੁਐਸਚਨ ਇਹੋ ਜਿਹੇ ਨੇ, ਇੱਕ ਨਹੀਂ ਦੋ ਕੁਐਸਚਨ ਇਹੋ ਜਿਹੇ ਨੇ ਜਿਹੜੇ ਜਿਨ੍ਹਾਂ ਦੀ ਆਬਜੈਕਸ਼ਨ ਜਿਹੜੀ ਹੈਗੀ ਹੈ ਲੱਗ ਸਕਦੀ ਹੈ। ਇੱਕ ਕੁਐਸਚਨ ਉਹਦੇ ਵਿੱਚੋਂ ਮੈਥਮੈਟਿਕਸ ਦਾ, ਇੱਕ ਕੁਐਸਚਨ ਉਹਦੇ ਵਿੱਚੋਂ ਈਵੀਐਸ ਦਾ ਹੈ। ਸੋ ਧਿਆਨ ਨਾਲ ਸਾਡੇ ਨਾਲ ਬਨੇ ਰਹੋ, YouTube ਚੈਨਲ ਸਬਸਕ੍ਰਾਈਬ ਕਰੋ, ਬੈਲ ਆਈਕਨ ਦੇ ਉੱਤੇ ਕਲਿੱਕ ਕਰੋ। ਉਹ ਕੁਐਸਚਨ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮੇਰੇ ਕੋਲ ਹੈਗਾ ਸੈਟ Q। Q ਸੈਟ ਹੈ, Q ਸੈਟ ਦੇ ਵਿੱਚ 120th ਕੁਐਸਚਨ ਹੈਗਾ। ਉਹ ਕੁਐਸਚਨ ਹੈ ਅ ਕੋਨ ਹੈਜ਼ ਬਲੈਂਕ ਐਜਸ। ਇਹਦਾ ਜਿਹੜਾ ਗਿਵਨ ਆਨਸਰ ਹੈ ਉਹ ਹੈਗਾ B, ਯਾਨੀ ਕਿ ਦੋ ਐਜਸ, ਪਰ ਇਹਦਾ ਜਿਹੜਾ ਕਰੈਕਟ ਆਨਸਰ ਹੈ ਉਹ ਹੈਗਾ C, ਯਾਨੀ ਕਿ 1। ਦੇਖੋ ਇੱਕ ਕੋਨ ਦੇ ਇੱਕ ਐਜ ਹੁੰਦਾ ਤੇ ਦੋ ਫੇਸਸ ਹੁੰਦੇ ਨੇ। ਕੋਨ ਦੇ ਦੋ ਫੇਸਸ ਤੇ ਇੱਕ ਐਜ ਹੁੰਦਾ, ਉਹਦੇ ਹਿਸਾਬ ਦੇ ਨਾਲ ਇਹ ਕੁਐਸਚਨ ਜਿਹੜਾ ਹੈਗਾ ਉਹ ਆਬਜੈਕਸ਼ਨੇਬਲ ਕੁਐਸਚਨ ਹੈ, ਕਿਉਂਕਿ ਇਹਦੇ ਵਿੱਚ ਆਨਸਰ ਕੀ ਦੇ ਵਿੱਚ ਆਨਸਰ ਦਿੱਤਾ ਗਿਆ ਹੈ ਅ ਕੋਨ ਹੈਜ਼ 2 ਐਜਸ, ਜੋ ਕਿ ਗਲਤ ਹੈ। ਅ ਕੋਨ ਹੈਜ਼ 1 ਐਜ, 1 ਐਜ ਐਂਡ 2 ਫੇਸਸ। ਤੇ ਤੁਸੀਂ ਇਹਦੀ ਵੀ ਆਬਜੈਕਸ਼ਨ ਜਿਹੜੀ ਹੈਗੀ ਹੈ ਲਗਾ ਸਕਦੇ ਹੋ ਐਨਸੀਆਰਟੀ ਦੀ ਬੁੱਕ ਦੇ ਵਿੱਚੋਂ ਇਮੇਜ ਲੈ ਕੇ ਇਹਦੀ ਆਬਜੈਕਸ਼ਨ ਲਗਾ ਸਕਦੇ ਹੋ, 1 ਨੰਬਰ ਵਧਣ ਦੇ ਚਾਂਸਸ ਹੈਗੇ ਆ। ਇੱਕ ਹੋਰ ਕੁਐਸਚਨ ਹੈ ਉਹ ਹੈਗਾ 133rd ਕੁਐਸਚਨ, 133rd ਕੁਐਸਚਨ ਹੈ। ਉਹ ਕੁਐਸਚਨ ਹੈ ਹੂ ਇਜ਼ ਪੰਜਾਬਸ ਫਸਟ ਵਿਮੈਨ ਪਾਇਲਟ ਇੰਸਟ੍ਰਕਟਰ। ਫਸਟ ਵਿਮੈਨ ਪਾਇਲਟ ਇੰਸਟ੍ਰਕਟਰ, ਇਹਦੇ ਵਿੱਚ ਸਾਨੂੰ ਜਿਹੜੇ ਆਪਸ਼ਨਸ ਦਿੱਤੇ ਗਏ ਆ ਉਹਦੇ ਵਿੱਚ ਆਨਸਰ ਗਿਵਨ ਹੈ ਸੁਖਦੀਪ ਕੌਰ। ਸੁਖਦੀਪ ਕੌਰ 133rd ਦਾ ਆਨਸਰ ਸਾਨੂੰ ਗਿਵਨ ਹੈ ਸੁਖਦੀਪ ਕੌਰ। ਇਹ ਗਿਵਨ ਆਨਸਰ ਹੈ ਪਰ ਇਹ ਗਲਤ ਹੈ, ਇਹ ਰੋਂਗ ਹੈਗਾ। ਜਿਹੜਾ ਇਹਦਾ ਕਰੈਕਟ ਆਨਸਰ ਹੈ ਉਹ ਹੈਗਾ ਹਰੀਤਾ ਕੌਰ ਦਿਓਲ, ਜਿਹੜੀ ਪੰਜਾਬ ਦੀ ਪਹਿਲੀ ਪਾਇਲਟ ਇੰਸਟ੍ਰਕਟਰ ਰਹੀ ਹੈ, ਪਹਿਲੀ ਵਿਮੈਨ ਪਾਇਲਟ ਇੰਸਟ੍ਰਕਟਰ ਰਹੀ ਹੈ। ਉਹਦਾ ਸਹੀ ਆਨਸਰ ਹੈ ਹਰੀਤਾ ਕੌਰ ਦਿਓਲ। ਇਹ ਆਪਸ਼ਨਸ ਦੇ ਵਿੱਚ ਨਹੀਂ ਹੈਗਾ ਤੇ ਇਹਦੀ ਵੀ ਤੁਸੀਂ ਆਬਜੈਕਸ਼ਨ ਫਾਈਲ ਕਰ ਸਕਦੇ ਹੋ। ਕੱਲ ਵੀ ਅਸੀਂ ਤੁਹਾਨੂੰ ਦੱਸਿਆ ਸੀ ਪੰਜਾਬੀ ਦੇ ਦੋ ਕੁਐਸਚਨਸ ਨੇ ਜਿਹੜੇ ਆਬਜੈਕਸ਼ਨੇਬਲ ਨੇ, ਉਸ ਤੋਂ ਇਲਾਵਾ ਤੀਸਰਾ ਕੁਐਸਚਨ ਮੈਥਮੈਟਿਕਸ ਦਾ ਹੋ ਗਿਆ ਤੇ ਚੌਥਾ ਕੁਐਸਚਨ ਜਿਹੜਾ ਹੈਗਾ ਉਹ who is the punjab first women pilot instructor ho gaya। ek charo questions de objections lag sakde ne, ede naal tuhade char number vadan de asar ne, jinna de 78 number ne te category ne ode vich char number jama ho jange, 82 number ban jange, paper qualify ho jayega। jinna de 86 number ne journal category hai, char number agle add ho jange, ਆਬਜੈਕਸ਼ਨ ਵਾਲੇ 90 ਨੰਬਰ ਹੋ ਜਾਣਗੇ, ਉਹਨਾਂ ਦਾ ਵੀ ਪੇਪਰ ਕੁਆਲੀਫਾਈ ਹੋ ਜਾਏਗਾ। ਸੋ ਛੇਤੀ ਤੋਂ ਛੇਤੀ ਇਹਦੀ ਆਬਜੈਕਸ਼ਨ ਫਾਈਲ ਕਰ ਦਿਓ, ਕਿਉਂਕਿ 7 ਜਨਵਰੀ ਤੱਕ ਹੀ ਆਬਜੈਕਸ਼ਨ ਦਾ ਲਿੰਕ ਜਿਹੜਾ ਹੈਗਾ ਉਹ ਓਪਨ ਰਹੇਗਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਅਸੀਂ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਕਿ ਆਬਜੈਕਸ਼ਨ ਫਾਈਲ ਕਿਵੇਂ ਕਰਨੀ ਹੈ ਇਹਨਾਂ ਕੁਐਸਚਨਸ ਦੀ। ਧੰਨਵਾਦ।